दिवाली दे मौके तो घरां दे विच सत्थर विच गए। जी हाँ, बचाला दे डेरा बाबा नानक रोड ते धर्मकोट नजदीकी एक हादसा वापरदा है जिथे दो घरां दे अंदर सत्थर विच आ गए। जी हाँ, दिवाली दीआं खुशियां गमां दे विच बदल गईआं। इस भयानक हादसे ने दो परिवारां दे जवान पुत उन्हां तों सदा दे लई खो लए ने। हादसे विच मौती अगोश विच आए लवप्रीत सिंह ते विजय कुमार दोवें गूढ़े दोस्त सन। मृतक विजय कुमार की उम्र 18 साल। जदों दे परिवारक मैंबरां ने दस्सिया कि देर रात विजय कुमार अपने मोटरसाइकिल ते अपने ही दोस्त लवप्रीत सिंह नूं उसके घर छड्डन दे लई गया सी। लवप्रीत सिंह की गड्डी रस्ते च हादसे का शिकार हो गई, जिस दे विच लवप्रीत का कोई नुकसान नहीं होया पर उसकी गड्डी काफ़ी नुकसानी जाती है। इस लई विजय कुमार लवप्रीत सिंह नूं अपनी मोटरसाइकिल ते उसनूं घर पिंड छड्डन दे लई चला गया, पर होनी ने दोवां नूं रस्ते विच घेर लिया। खैर, बचाते वाहन की चपेट के विच आउण दे कारण दोवां दी मौत हो गई। मुर्गी मले रहने जी, मेरा नाम सन्नी कुमार है। ਜੀ ਡੈਥ ਹੋਈ ਕੀ ਲੱਗਦਾ? ਉਹ ਮੇਰਾ ਬਸ ਛੋਟਾ ਬ੍ਰਦਰ ਹੀ, ਸਾਰਿਆਂ ਛੋਟਾ ਬ੍ਰਦਰ ਸੀਗਾ। ਕੀ ਨਾਂ, ਕਿੰਨੀ ਉਮਰ ਸੀ ਉਹਦੀ? ਮੈਂ 18 ਸਾਲ ਉਮਰ ਸੀਗੀ ਅਤੇ ਵਿਜੇ ਕੁਮਾਰ ਸ਼ੂਟਰ ਕਹਿੰਦੇ ਸੀਗੇ ਉਹਨੂੰ। ਨਹੀਂ, ਅਨਮੈਰਿਡ ਹੀ ਭਾਈ। ਕੀ ਗੱਲ ਕੀ ਹੋਈ? ਉਹਦਾ ਫਰੈਂਡ ਸੀਗਾ ਇੱਕ, ਲਵਪ੍ਰੀਤ ਸਿੰਘ, ਜਿਹੜਾ ਕਿ ਡੇਰਾ ਬਾਬਾ ਨਾਨਕ ਰੋਡ 'ਤੇ ਰਹਿੰਦਾ ਸੀਗਾ ਬੁਰਜ ਪਿੰਡ। ਅਤੇ ਉਹਦੀ ਕਿਤੇ ਗੱਡੀ ਕਿਤੇ ਰਸਤੇ 'ਚ ਪਹਿਲਾਂ ਐਕਸੀਡੈਂਟ ਹੋਇਆ, ਇਹ ਵੱਜੀ ਸੀਗੀ ਅਤੇ ਉਹ ਕਹਿੰਦਾ ਗੱਡੀ ਖਰਾਬ ਹੋ ਗਈ ਅਤੇ ਛੱਡਿਆ ਮੈਨੂੰ। ਇਹ ਉਹਨੂੰ ਛੱਡਣ ਜਾਣ ਦਾ ਪਿਆ ਸੀਗਾ ਘਰ ਉਹਦੇ, ਅਤੇ ਜਦੋਂ ਉਹਨੂੰ ਛੱਡਣ ਜਾਂਦਾ ਫਿਰ ਰਸਤੇ 'ਚ ਪਤਾ ਨਹੀਂ ਕਿਹਦੇ 'ਚ ਵੱਜੇ ਕਿਹਦੇ 'ਚ ਨਹੀਂ ਵੱਜੇ, ਇਹ ਨਹੀਂ ਪਤਾ, ਮੌਕੇ 'ਤੇ ਡੈਥ ਹੋ ਗਈ ਇਹਨਾਂ ਦੋਵਾਂ ਦੀ। ਮੈਂ ਅੰਮ੍ਰਿਤਸਰ ਦੀ ਵਿਆਹੀ ਹਾਂ, ਮੈਂ ਉੱਥੇ ਚੀਚਾ ਭਗਣਾ ਮੇਰਾ ਅਮਨ। ਇਹ ਜਿਹੜਾ ਡੈਥ ਹੋਈ ਕੀ ਲੱਗਦਾ? ਬ੍ਰਦਰ ਮੇਰੇ ਛੋਟੇ। ਅਤੇ ਕੀ ਗੱਲ ਹੋਈ? ਇਹਨਾਂ ਦਾ ਐਕਸੀਡੈਂਟ ਹੋਇਆ ਰਾਤੀ। ਤੁਹਾਡੇ ਮੰਮੀ ਪਾਪਾ? ਮੰਮੀ ਇਹਨਾਂ ਦੀ ਪਹਿਲਾਂ ਡੈਥ ਹੋ ਗਈ, 7 ਕੁ ਮਹੀਨੇ ਹੋਇਆ, ਪਾਪਾ ਦੀ ਪਹਿਲਾਂ ਨਹੀਂ ਹੋਈ ਦੀ। ਅਤੇ ਕਿੰਨੇ ਭੈਣ ਭਰਾ ਜੀ? ਤਿੰਨ ਭੈਣਾਂ। ਸਾਡੇ ਕੋਲ ਦੋ ਬਰੋਡ ਡੈਡ ਆਏ ਨੇ ਰਾਤ ਨੂੰ। ਇੱਕ ਦਾ ਨਾਮ ਹੈਗਾ ਲਵਪ੍ਰੀਤ ਸਿੰਘ ਅਤੇ ਉਹ ਹੈਗਾ ਬੁਰਜਰ ਰਾਈਆਂ ਦਾ, ਅਤੇ ਦੂਜਾ ਹੈਗਾ ਵਾ ਵਿਜੇ ਕੁਮਾਰ, ਉਹ ਮੁਰਗੀ ਮਹੱਲੇ ਦਾ ਹੈਗਾ ਆ। ਇਹ ਬਰੋਡ ਡੈਡ ਹੀ ਆਏ ਨੇ ਸਾਡੇ ਕੋਲ।